ਹੈਲੋ एवरीवन ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰੂਜੀਤੇ ਅੱਜ ਅਸੀਂ ਕਰਾਂਗੇ ਕੁਝ ਹੋਰ ਇੰਪੋਰਟੈਂਟ ਕੁਐਸਚਨ ਜਿਹੜੇ ਕਿ ਤੁਹਾਡੇ ਐਗਜ਼ਾਮ ਵਿੱਚ ਆ ਸਕਦੇ ਨੇ ਹਰ ਕੁਐਸਚਨ ਦੇ ਲਈ ਤੁਹਾਨੂੰ 5 ਸਕੰਡ ਦਾ ਟਾਈਮ ਦਿੱਤਾ ਜਾਵੇਗਾ ਜਿਸ ਵਿੱਚ ਤੁਸੀਂ ਸਹੀ ਆਪਸ਼ਨ ਦੀ ਚੋਣ ਕਰਨੀ ਹੈ ਆਪਾਂ ਫਰਸਟ ਕੁਐਸਚਨ ਕਰਦੇ ਹਾਂ ਪੋਕੇਟ ਵਿੱਟੋ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ ਚਾਰ ਆਪਸ਼ਨ ਨੇ ਰਾਜਪਾਲ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਾਂ ਮਹਾਂਜਾਇ ਵਾਦੀ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਸੀ ਦੀ ਚੋਣ ਕੀਤੀ ਹੈ ਭਾਰਤ ਦੇ ਰਾਸ਼ਟਰਪਤੀ ਉਹਨਾਂ ਦਾ ਆਨਸਰ ਸਹੀ ਹੈ ਭਾਰਤ ਵਿੱਚ ਪਹਿਲੀ ਵਾਰ 1986 ਇਸਵੀ ਵਿੱਚ ਜਿਹੜੇ ਪੂਰਵ ਰਾਸ਼ਟਰਪਤੀ ਸੀਗੇ ਗਿਆਨੀ ਜੈਲ ਸਿੰਘ ਨੇ ਭਾਰਤੀ ਡਾਕ ਸੰਬੰਧੀ ਦਾ ਇਸਤੇਮਾਲ ਕੀਤਾ ਸੀਗਾ ਨੈਕਸਟ ਕੁਐਸਚਨ ਹੈ ਬ੍ਰਿਮਪੁੱਤਰ ਦਰਿਆ ਨੂੰ ਬੰਗਲਾਦੇਸ਼ ਵਿੱਚ ਕੀ ਕਿਹਾ ਜਾਂਦਾ ਹੈ ਚਾਰ ਆਪਸ਼ਨ ਨੇ ਸੰਗਪੋ ਮੇਗਨਾ ਪਦਮਾ ਜਾਂ ਜਮੁਨਾ ਜਿੰਨਾ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਭਾਵ ਜਮੁਨਾ ਉਹਨਾਂ ਦਾ ਆਨਸਰ ਸਹੀ ਹੈ ਜਦੋਂ ਇਹ ਦਰਿਆ ਤਿੱਬਤ ਵਿੱਚ ਵਹਿੰਦਾ ਹੈ ਤਾਂ ਇਸ ਨੂੰ ਸੰਗਪੋ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਅਤੇ ਜਦੋਂ ਇਹ ਬੰਗਲਾਦੇਸ਼ ਵਿੱਚ ਆਉਂਦਾ ਹੈ ਤਾਂ ਇਸ ਨੂੰ ਜਮੁਨਾ ਨਾਂ ਨਾਲ ਪੁਕਾਰਿਆ ਜਾਂਦਾ ਹੈ ਨੈਕਸਟ ਹੈ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਜਨਕ ਹੈ ਚਾਰ ਆਪਸ਼ਨ ਨੇ ਡਾਕਟਰ ਐਮ ਐਸ ਸੁਆਮੀਨਾਥਨ ਡੀ ਜੇ ਕੁਰੀਨ ਡਾਕਟਰ ਏ ਪੀ ਮਹਿਰਾ ਜਾਂ ਕੋਈ ਨਹੀਂ ਜਿੰਨਾ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਏ ਦੀ ਚੋਣ ਕੀਤੀ ਹੈ ਭਾਵ ਡਾਕਟਰ ਐਮ ਐਸ ਸੁਆਮੀਨਾਥਨ ਉਹਨਾਂ ਦਾ ਆਨਸਰ ਸਹੀ ਹੈ ਹਰੀ ਕ੍ਰਾਂਤੀ ਕਦੋਂ ਆਈ ਸੀਗੀ ਜਿਹੜੀ ਇਹ ਆਈ ਸੀਗੀ 1967-68 ਵਿੱਚ ਅਤੇ ਕਿਹੜੇ ਉਤਪਾਦਨ ਵਿੱਚ ਕਾਣਾ ਕਤੇ ਚਾਵਲ ਦੇ ਉਤਪਾਦਨ ਵਿੱਚ ਨੈਕਸਟ ਹੈ ਭਾਰਤ ਦਾ ਉੱਤਰੀ ਸਿਰਾ ਕਿਹੜਾ ਹੈ ਚਾਰ ਆਪਸ਼ਨ ਨੇ ਕੋਲਾਬਾ ਇੰਦਰਾਪੋਇੰਟ ਇੰਦਰਾਕਾਲ ਜਾਂ ਜਾਫਲਾ ਜਿੰਨਾ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਸੀ ਦੀ ਚੋਣ ਕੀਤੀ ਹੈ ਇੰਦਰਾਕਾਲ ਉਹਨਾਂ ਦਾ ਅਨਸਰ ਸਹੀ ਹੈ ਜਿਹੜਾ ਉੱਤਰ ਵਿੱਚ ਜਿਹੜਾ ਪੁਆਇੰਟ ਹੈ ਉਹ ਹੈ ਇੰਦਰਾਕਾਲ ਦੱਖਣ ਵਿੱਚ ਹੈ ਗਏ ਇੰਦਰਾ ਪੁਆਇੰਟ ਜਿਹੜਾ ਕਿ ਗ੍ਰੇਟ ਨਿਕੋਬਾਰ ਵਿੱਚ ਹੈ ਗਏ ਅਤੇ ਜਿਹੜਾ ਪੱਛਮ ਵਿੱਚ ਪੁਆਇੰਟ ਹੈ ਗਏ ਉਹ ਹੈ ਰਾਜ ਕ੍ਰੀਕ ਅਤੇ ਜਿਹੜਾ ਪੂਰਬ ਵਿੱਚ ਹੈ ਗਾਇ ਉਸ ਨੂੰ ਕਹਿੰਦੇ ਹਨ ਵਲੰਗੂ ਕਿੱਥੇ ਹੈ ਪੂਰਬ ਵਾਲਾ ਅਰੁਣਾਚਲ ਪ੍ਰਦੇਸ਼ ਵਿੱਚ ਨੈਕਸਟ ਹੈ ਪ੍ਰithvi ਵਿਚਕਾਰ ਸਥਿਤ ਹੈ ਕਿਹੜੇ ਕਿਹੜੇ ਦੋ ਗ੍ਰਹਿਾਂ ਵਿਚਕਾਰ ਸਿਤਤਾ ਹੈ অপਸ਼ਨ ਐ ਬੁੱਧ ਸ਼ੁਕਰ ਸ਼ੁਕਰ ਮੰਗਲ ਮੰਗਲ ਬ੍ਰਸਪਤੀ ਜਾਂ ਮੰਗਲ ਸ਼ਨੀ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਬੀ ਦੀ ਚੋਣ ਕੀਤੀ ਹੈ ਸ਼ੁਕਰ ਅਤੇ ਮੰਗਲ ਉਹਨਾਂ ਦਾ ਆਨਸਰ ਸਹੀ ਹੈ ਨੈਕਸਟ ਹੈ ਭਾਰਤ ਪਹੁੰਚਣ ਵਾਲਾ ਪਹਿਲਾ ਅੰਗਰੇਜ਼ੀ ਸਮੁੰਦਰੀ ਜਹਾਜ਼ ਸੀ ਕਿਹੜਾ ਸੀ ਮੇ ਫਲਾਵਰ ਬੰਗਾਲ ਬਲੂ ਡ੍ਰੈਗਨ ਜਾਂ ਰੈਡ ਡ੍ਰੈਗਨ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਰੈਡ ਡ੍ਰੈਗਨ ਉਹਨਾਂ ਦਾ ਆਨਸਰ ਸਹੀ ਹੈ ਨੈਕਸਟ ਮਨੁੱਖੀ ਸਰੀਰ ਵਿੱਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਤੱਤ ਹੈ অপਸ਼ਨ A ਹਾਈਡਰੋਜਨ ਕਾਰਬਨ ਆਕਸੀਜਨ ਜਾਂ ਮੀਥੇਨ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਸੀ ਦੀ ਚੋਣ ਕੀਤੀ ਹੈ ਭਾਵ ਆਕਸੀਜਨ ਉਹਨਾਂ ਦਾ ਆਨਸਰ ਸਹੀ ਹੈ ਨੈਕਸਟ ਹੈ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਕੌਣ ਸੀ অপਸ਼ਨ ਨੇ ਡਾਕਟਰ ਬੀ ਐਨ राव ਡਾਕਟਰ ਰਾਜੇਂਦਰ ਪ੍ਰਸਾਦ ਮਹਾਤਮਾ ਗਾਂਧੀ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਦੀਨਾਂ ਵਿਦਿਆਰਥੀਆਂ ਨੇ অপশন ਨੰਬਰ এ ਦੀ ਚੋਣ ਕੀਤੀ ਹੈ ਭਾਵ ਡਾਕਟਰ ਬੀ ਐਨ rau ਉਹਨਾਂ ਦਾ ਅਨਸਰ ਸਹੀ ਹੈ ਇਹਨਾਂ ਦਾ ਪੂਰਾ ਨਾਮ ਸੀ ਡਾਕਟਰ ਬਿਨੇਗਲ ਨਰਸੀ rau ਨੈਕਸਟ ਹੈ ਰਥ ਯਾਤਰਾ ਪ੍ਰਸਿੱਧ ਹੈ অপਸ਼ਨ ਨੇ ਕਰਨਾਟਕ ਵਿੱਚ ਉੜੀਸਾ ਤਾਮਿਲਨਾਡੂ ਜਾਂ ਮਹਾਰਾਸ਼ਟਰ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ B ਦੀ ਚੋਣ ਕੀਤੀ ਹੈ ਭਾਵ ਉੜੀਸਾ ਉਹਨਾਂ ਦਾ ਆਨਸਰ ਸਹੀ ਹੈ ਇਸ ਵਿੱਚ ਕੀ ਹੁੰਦਾ ਹੈ ਕਿ ਭਗਵਾਨ ਜਗਨਨਾਥ ਦੀ ਮੂਰਤੀ ਨੂੰ ਰੱਥ ਤੇ ਸਵਾਰ ਕਰਕੇ ਸਮੁੰਦਰ ਵਿੱਚ ਵਿਸਰਜਨ ਕੀਤਾ ਜਾਂਦਾ ਹੈ ਨੈਕਸਟ ਹੈ ਪੋਪਾਲ ਗੈਂਸ ਦੁਖਾਂਤ ਕਦੋਂ ਹੋਇਆ ਚਾਰ অপਸ਼ਨ ਨੇ 1990 1980 1994 ਜਾਂ 1984 ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ D ਦੀ ਚੋਣ ਕੀਤੀ ਹੈ ਭਾਵ 1984 ਉਹਨਾਂ ਦਾ ਆਨਸਰ ਸਹੀ ਹੈ ਜਿਹੜੀ ਮਿਥਾਈਲ ਆਇਸੋਸਾਈਨੇਟ ਨਾਂ ਦੀ ਜਿਹੜੀ ਜ਼ਹਿਰੀਲੀ ਗੈਸ ਸੀਗੀ ਉਸ ਦੇ ਲੀਕ ਹੋਣ ਦੇ ਕਾਰਨ ਹੀ ਜਿਹੜੀ ਇਹ ਘਟਨਾ ਵਾਪਰੀ ਨੈਕਸਟ ਹੈ ਪੰਜਾਬ ਦਾ ਕੈਲੀਫੋਰਨੀਆ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਚਾਰ অপਸ਼ਨ ਨੇ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਾਂ ਅਬੋਰ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ D ਦੀ ਚੋਣ ਕੀਤੀ ਹੈ ਅਭੋਰ ਉਹਨਾਂ ਦਾ ਆਨਸਰ ਸਹੀ ਹੈ ਕਿਉਂਕਿ ਜਿਹੜਾ ਅਮਰੀਕਾ ਦਾ ਸਟੇਟ ਹੈਗਾ ਕੈਲੀਫੋਰਨੀਆ ਉੱਥੋਂ ਦਾ ਪੌਣ ਪਾਣੀ ਅਤੇ ਅਭੋਰ ਦਾ ਪੌਣ ਪਾਣੀ ਇੱਕੋ ਜਿਹਾ ਹੋਣ ਕਾਰਨ ਹੀ ਇਸ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਹੈ ਨੈਕਸਟ ਹੈ ਭਾਰਤ ਦਾ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲਾ ਉਦਯੋਗ ਹੈ অপਸ਼ਨ A ਕਪੜਾ ਉਦਯੋਗ ਖੰਡ ਉਦਯੋਗ ਸਿਮਿੰਟ ਉਦਯੋਗ ਜਾਂ ਲੋਹਾ ਇਸਪਾਤ ਉਦਯੋਗ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ A ਦੀ ਚੋਣ ਕੀਤੀ ਹੈ ਭਾਅ ਕਪੜਾ ਉਦਯੋਗ ਉਹਨਾਂ ਦਾ ਆਨਸਰ ਸਹੀ ਹੈ ਨੈਕਸਟ ਉਪਾਦਨੀਆਂ ਦਾ ਅੰਤ ਕਿਹੜੇ ਅਧਿਕਾਰ ਅਧੀਨ ਆਉਂਦਾ ਹੈ ਕਾਨੂੰਨੀ ਅਧਿਕਾਰ ਜਾਂ D ਕੋਈ ਨਹੀਂ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ B ਦੀ ਚੋਣ ਕੀਤੀ ਹੈ ਮੌਲਿਕ ਅਧਿਕਾਰ ਉਹਨਾਂ ਦਾ ਆਨਸਰ ਸਹੀ ਹੈ। ਨੈਕਸਟ ইস্ট ਇੰਡੀਆ ਕੰਪਨੀ ਦੀ ਸਥਾਪਨਾ ਸਮੇਂ ਇੰਗਲੈਂਡ ਦੀ ਮਹਾਰਾਣੀ ਸੀ। অপਸ਼ਨ A ਮਹਾਰਾਣੀ ਮੈਰੀ, ਮਹਾਰਾਣੀ ਐਲਜ਼ਾਬੈਥ, ਏਲੀਆ ਜਾਂ ਵਿਕਟੋਰੀਆ। ਜਿੰਨਾ ਵਿਦਿਆਰਥੀਆਂ ਨੇ অপশন ਨੰਬਰ B ਦੀ ਚੋਣ ਕੀਤੀ ਹੈ ਮਹਾਰਾਣੀ ਐਲਿਜ਼ਾਬੈਥ ਉਹਨਾਂ ਦਾ ਆਨਸਰ ਸਹੀ ਹੈ। ਨੈਕਸਟ ਹੈ 우जोन ਪਰਤ વાયુ ਮੰਡਲ ਦੇ ਕਿਹੜੀ ਪਰਤ ਵਿੱਚ ਮੌਜੂਦ ਹੈ? অপশন A ਅਸ਼ਾਂਤ ਮੰਡਲ, ਆਇਨ ਮੰਡਲ, ਮਧਵਰਤੀ ਮੰਡਲ ਜਾਂ ਸਮਤਾਪ ਮੰਡਲ। ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ D ਦੀ ਚੋਣ ਕੀਤੀ ਹੈ ਸੰਤਾਪ ਮੰਡਲ ਉਹਨਾਂ ਦਾ ਆਨਸਰ ਸਹੀ ਹੈ। ਨੈਕਸਟ ਕਿਹੜੀ ਪੁਚਾਲ તરੰਗ ਨਹੀਂ ਹੈ? অপਸ਼ਨ A, P, T, S ਜਾਂ L। ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ B ਦੀ ਚੋਣ ਕੀਤੀ ਹੈ ਭਾਵ T તરੰਗ ਉਹਨਾਂ ਦਾ ਆਨਸਰ ਸਹੀ ਹੈ ਕਿਉਂਕਿ P, S ਅਤੇ L ਇਹ ਪੁਚਾਲ ਦੀਆਂ તરੰਗਾਂ ਹਨ। ਨੈਕਸਟ ਹੈ ਚੰ드ਰਮਾ ਤੇ ਸਭ ਤੋਂ ਉੱਚਾ ਪਹਾੜ ਕਿਹੜਾ ਹੈ অপਸ਼ਨ A ਟਾਈਟਨ ਐਂਡ ਇਸ ਲਿਬ੍ਰਿਟਿਸ ਆਲਪਿਨਸ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ C ਦੀ ਚੋਣ ਕੀਤੀ ਹੈ ਉਹਨਾਂ ਦਾ ਆਨਸਰ ਸਹੀ ਹੈ ਇਸ ਦੀ ਉਚਾਈ ਲਗਭਗ 35000 ਫੀਟ ਹੈਗੀ ਹੈ ਜੇ ਆਪਾਂ ਮੀਟਰ ਵਿੱਚ ਕਰੀਏ ਤਾਂ ਲਗਭਗ 10000 668 ਮੀਟਰ ਇਸਦੀ ਉਚਾਈ ਹੈਗੀ ਹੈ। ਨੈਕਸਟ 22 ਦਿਨ ਦਾ ਚੌਪੜਾ ਨਾਮਕ ਮਸਜਿਦ ਦਾ ਨਿਰਮਾਣ ਕਿਸ ਨੇ ਕਰਵਾਇਆ? অপਸ਼ਨ A ਬਾਬਰ, ਜਹਾਂਗੀਰ, ਕੁੱਤਬਦੀਨ ਐਬਕ ਜਾਂ ਅਕਬਰ। ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ C ਦੀ ਚੋਣ ਕੀਤੀ ਹੈ ਕੁੱਤਬਦੀਨ ਐਬਕ ਉਹਨਾਂ ਦਾ ਅਨਸਰ ਸਹੀ ਹੈ। ਕੁੱਤਬਦੀਨ ਐਬਕ ਨੇ ਢਾਈ ਦਿਨ ਦਾ ਚੋਪੜਾ ਨਾਮਕ ਮਸਜਿਦ ਦਾ ਨਿਰਮਾਣ ਕਰਵਾਇਆ ਅਜਮੇਰ ਵਿਖੇ ਨੈਕਸਟ 2020 ਦਾ ਸਾਹਿਤ ਨੋਬਲ ਪੁਰਸਕਾਰ ਕਿਸ ਨੂੰ ਮਿਲਿਆ ਆਪਸ਼ਨ ਹੈ ਰਾਬਰਟ ਵਿਲਸਨ ਲੂਇਸ ਗਲੂਕ ਜੈਨੀਫਰ ਜਾਂ ਰੀਨਾ ਜਿੰਨਾ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਬੀ ਦੀ ਚੋਣ ਕੀਤੀ ਹੈ ਲੂਇਸ ਗਲੂਕ ਉਹਨਾਂ ਦਾ ਅਨਸਰ ਸਹੀ ਹੈ ਏ ਇੱਕ ਅਮਰੀਕਾ ਦੀ ਰਾਈਟਰ ਹੈ। ਨੈਕਸਟ ਭਾਰਤ ਦੀ ਸਭ ਤੋਂ ਉੱਚੀ ਪ੍ਰਤਿਮਾ ਕਿਹੜੀ ਹੈ? অপਸ਼ਨ ਹੈ ਸਟੈਚੂ ਆਫ ਲਿਬਰਟੀ। অপਸ਼ਨ B ਹੈ ਮਹਾਤਮਾ ਬੁੱਧ ਦੀ ਪ੍ਰਤਿਮਾ। C ਹੈ ਸਟੈਚੂ ਆਫ ਯੂਨਿਟੀ ਜਾਂ D ਹੈ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਤਿਮਾ। ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ C ਦੀ ਚੋਣ ਕੀਤੀ ਹੈ ਭਾਵ ਸਟੈਚੂ ਆਫ ਯੂਨਿਟੀ ਉਹਨਾਂ ਦਾ ਅਨਸਰ ਸਹੀ ਹੈ ਇਹ ਕਿੱਥੇ ਹੈ ਇਹ ਗੁਜਰਾਤ ਦੇ ਕੇਵੜੀਆਂ ਵਿੱਚ ਹੈਗੀ ਹੈ ਇਸ ਦੀ ਲੰਬਾਈ ਜਿਹੜੀ ਹੈ ਉਹ 182 ਮੀਟਰ ਹੈ ਨੈਕਸਟ ਭਾਰਤ ਦੀ ਸਭ ਤੋਂ ਲੰਬੀ ਹੱਦ ਕਿਹੜੇ ਦੇਸ਼ ਨਾਲ ਲੱਗਦੀ ਹੈ অপਸ਼ਨ A ਬੰਗਲਾਦੇਸ਼ ਚੀਨ ਪਾਕਿਸਤਾਨ ਜਾਂ ਅਫਗਾਨਿਸਤਾਨ ਜਿੰਨੇ ਵਿਦਿਆਰਥੀਆਂ ਨੇ অপਸ਼ਨ ਨੰਬਰ A ਦੀ ਚੋਣ ਕੀਤੀ ਹੈ પા ਬੰਗਲਾਦੇਸ਼ ਉਹਨਾਂ ਦਾ ਆਨਸਰ ਸਹੀ ਹੈ ਕਿਉਂਕਿ ਬੰਗਲਾਦੇਸ਼ ਨਾਲ ਸਭ ਤੋਂ ਜ਼ਿਆਦਾ 4096 ਕਿਲੋਮੀਟਰ ਦੀ ਜਿਹੜੀ ਸੀਮਾ ਹੈਗੀ ਹੈ ਉਹ ਭਾਰਤ ਸ਼ੇਅਰ ਕਰਦਾ ਹੈਗਾ ਨੈਕਸਟ ਖਾਨਵਾ ਦਾ ਯੁੱਧ ਕਦੋਂ ਹੋਇਆ ਚਾਰ অপਸ਼ਨ ਨੇ 1526 1544 1521 ਜਾਂ 1527 ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ D ਦੀ ਚੋਣ ਕੀਤੀ ਹੈ 1527 ਉਹਨਾਂ ਦਾ ਆਨਸਰ ਸਹੀ ਹੈ ਇਹ ਜਿਹੜਾ ਯੁੱਧ ਸੀਗਾ ਇਹ ਬਾਬਰ ਅਤੇ ਮਹਾਰਾਣਾ ਸੰਗਾ ਦੇ ਵਿਚਕਾਰ ਹੋਇਆ ਸੀਗਾ ਨੈਕਸਟ ਹੈ ਰਬੜ ਦੀ ਖੇਤੀ ਭਾਰਤ ਦੇ ਕਿਹੜੇ ਰਾਜ ਵਿੱਚ ਕੀਤੀ ਜਾਂਦੀ ਹੈ অপਸ਼ਨ A ਕੇਰਲ ਪੰਜਾਬ ਮਧ ਪ੍ਰਦੇਸ਼ ਜਾਂ ਗੁਜਰਾਤ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ A ਦੀ ਚੋਣ ਕੀਤੀ ਹੈ ਭਾਵ ਕੇਰਲ ਉਹਨਾਂ ਦਾ ਆਨਸਰ ਸਹੀ ਹੈ ਨੈਕਸਟ ਨੇਪਾਲ ਵਿੱਚ ਮਾਉਂਟ ਐਵਰੇਸਟ ਨੂੰ ਕੀ ਕਿਹਾ ਜਾਂਦਾ ਹੈ ਚਾਰ অপਸ਼ਨ ਨੇ ਕੋਗੋ ਲੰਗਮਾ ਸਾਗਰ ਮਾਥਾ ਪਿੰਗਾਸ ਜਾਂ ਮਾਉਂਟ ਐਵਰੇਸਟ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ B ਦੀ ਚੋਣ ਕੀਤੀ ਹੈ ਭਾਵ ਸਾਗਰਮਾਤਾ ਉਹਨਾਂ ਦਾ ਆਨਸਰ ਸਹੀ ਹੈ ਅਤੇ ਜਿਹੜੀ ਮਾਉਂਟ ਐਵਸਟ ਦੀ ਉਚਾਈ ਹੈ ਉਹ ਕਿੰਨੀ ਹੈ 8848 ਮੀਟਰ ਨੈਕਸਟ ਪਾਣੀ ਵਿੱਚ ਕੁਲਣਸ਼ੇਲ ਵਿਟਾਮਿਨ ਹੈ অপਸ਼ਨ A ਵਿਟਾਮਿਨ B ਵਿਟਾਮਿਨ C ਵਿਟਾਮਿਨ ਜਿਹੜਾ অপਸ਼ਨ A ਤੇ B ਦੋਨੋਂ ਜਾਂ ਸਾਰੇ ਵਿਟਾਮਿਨ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਸੀ ਦੀ ਚੋਣ ਕੀਤੀ ਹੈ ਭਾ ਵਿਟਾਮਿਨ B ਤੇ C ਦੋਨੋਂ ਉਹਨਾਂ ਦਾ ਆਨਸਰ ਸਹੀ ਹੈ। ਨੈਕਸਟ AIDS ਰੋਗ ਹੁੰਦਾ ਹੈ। অপਸ਼ਨ A ਜੀਵਾਣੂ ਕਰਕੇ, ਵਿਸ਼ਾਣੂ ਕਰਕੇ, ਉਪਰੋਕਤ ਦੋਨਾਂ ਕਰਕੇ ਜਾਂ ਕੋਈ ਨਹੀਂ। ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ B ਦੀ ਚੋਣ ਕੀਤੀ ਹੈ ਭਾ ਵਿਸ਼ਾਣੂ ਉਹਨਾਂ ਦਾ ਆਨਸਰ ਸਹੀ ਹੈ। ਨੈਕਸਟ ਭਾਰਤ ਦਾ ਪਹਿਲਾ ਅਖਬਾਰ ਹੈ অপਸ਼ਨ এ ਸੋਮ ਪ੍ਰਕਾਸ਼ ਨਵ ਜੀਵਨ ਤਰਾਨੇ ਹਿੰਦ ਜਾਂ ਬੰਗਾਲ ਗਜ਼ਟ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਬੰਗਾਲ ਗਜ਼ਟ ਉਹਨਾਂ ਦਾ ਆਨਸਰ ਸਹੀ ਹੈ ਇਸ ਦਾ ਜਿਹੜਾ ਪ੍ਰਕਾਸ਼ਨ ਸੀਗਾ ਉਹ ਜੇਮਸ ਏ ਹਿੱਕਿੰਗ ਨਿਕਤਾ ਸੀਗਾ ਅਤੇ ਇਹ ਅੰਗਰੇਜ਼ੀ ਭਾਸ਼ਾ ਦਾ ਅਖਬਾਰ ਸੀਗਾ ਨੈਕਸਟ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ ਭਾਸ਼ਾ ਹੈ অপਸ਼ਨ ਨੇ ਹਿੰਦੀ ਮਿਕਸ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਭਾਵੇਂ ਸੰਸਕ੍ਰਿਤੀ ਅਤੇ ਬੰਗਲਾ ਭਾਸ਼ਾ ਦੋਨੋਂ ਹੀ ਮਿਕਸ ਸੀ ਗਿਆ ਵੰਦੇ ਮਾਤਰਮ ਗੀਤ ਵਿੱਚ ਉਹਦਾ ਆਨਸਰ ਸਹੀ ਹੈ ਬੰਦੇ ਮਾਤਰਮ ਗੀਤ ਲਿਖਿਆ ਕਿੰਨੇ ਸੀਗਾ ਬੰਕਿਮ ਚੰਦਰ ਚੈਟਰਜੀ ਨੇ ਨੈਕਸਟ ਹੈ ਸੀਮਾਤ ਗਾਂਧੀ ਕਿਸ ਨੂੰ ਕਿਹਾ ਜਾਂਦਾ ਹੈ ਚਾਰ ਆਪਸ਼ਨ ਨੇ ਖਾਨ ਅਬਦੁਲ ਗੁਫਾਰ ਖਾਨ ਸ਼ੌਕਤ ਅਲੀ ਮਹਾਤਮਾ ਗਾਂਧੀ ਜਾਂ ਮੁਹੰਮਦ ਅਲੀ ਜਿੰਨਾ ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ A ਦੀ ਚੋਣ ਕੀਤੀ ਹੈ ਖਾਨ ਅਬਦੁਲ ਗਫਾਰ ਖਾਨ ਉਹਨਾਂ ਦਾ ਅਨਸਰ ਸਹੀ ਹੈ ਜਿਹੜੇ ਖਾਨ ਅਬਦੁਲ ਗਫਾਰ ਖਾਨ ਸੀਗੇ ਇਹ بلوچستان ਦੇ ਇੱਕ ਕ੍ਰਾਂਤੀਕਾਰੀ ਸੀਗੇ ਅਤੇ ਇਹਨਾਂ ਨੇ ਭਾਰਤ ਦੀ ਆਜ਼ਾਦੀ ਵਿੱਚ ਆਪਣਾ ਯੋਗਦਾਨ ਦਿੱਤਾ ਇਹਨਾਂ ਨੂੰ ਹੋਰ ਕਈ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਵੇਂ ਬੱਚਾ ਖਾਨ ਅਤੇ ਬਾਦਸ਼ਾਹ ਖਾਨ ਨੈਕਸਟ ਹੈ ਕਿਹੜੇ ਮੁਸਲਿਮ ਸ਼ਾਸਕ ਦੀ ਮੌਤ ਬਾਰੂਦ ਦੇ ਗੋਲੇ ਦੇ ਫਟਣ ਕਾਰਨ ਹੋਈ ਚਾਰ অপਸ਼ਨ ਨੇ ਹੁਮਾਯੂ ਬਲਬਨ শের शाह सूरी ਜਾਂ ਜਹਾਂਗੀਰ ਜਿਨ੍ਹਾਂ ਵਿਦਿਆਰਥੀਆਂ ਨੇ অপਸ਼ਨ ਨੰਬਰ ਸੀ ਦੀ ਚੋਣ ਕੀਤੀ ਹੈ ਭਾਵ শের शाह सूरी ਉਹਨਾਂ ਦਾ ਆਨਸਰ ਸਹੀ ਹੈ শের शाह सूरी ਦੀ ਜਿਹੜੀ ਮੌਤ ਹੈ ਉਹ 1545 ਇਸਵੀ ਵਿੱਚ ਕਲਿੰਜਰ ਦਾ ਜਿਹੜਾ ਯੁੱਧ ਸੀ ਉਸ ਵਿੱਚ ਹੋਈ ਨੈਕਸਟ ਹੈ ਕੌਫੀ ਪ੍ਰਾਪਤ ਹੁੰਦੀ ਹੈ অপশন এ বীজ ਤੋਂ ਪੱਤੇ ਤੋਂ ਫੁੱਲ ਤੋਂ ਜਾਂ ਛਿਲਕੇ ਤੋਂ ਜਿਨ੍ਹਾਂ ਵਿਦਿਆਰਥੀਆਂ ਨੇ অপਸ਼ਨ ਨੰਬਰ A ਦੀ ਚੋਣ ਕੀਤੀ ਹੈ ਭਾਵ বীজ ਤੋਂ ਉਹਨਾਂ ਦਾ ਅਨਸਰ கரੈਕਟ ਹੈ ਨੈਕਸਟ ਰਾਜ ਸਭਾ ਨੂੰ ਕੋਣ ਪੰਗ ਕਰ ਸਕਦਾ ਹੈ ਚਾਰ অপਸ਼ਨ ਨੇ ਸੰਸਦ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਾਂ ਕੋਈ ਨਹੀਂ जिन्ना ਵਿਦਿਆਰਥੀਆਂ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਭਾਵੇਂ ਕੋਈ ਨਹੀਂ ਉਹਨਾਂ ਦਾ ਆਨਸਰ ਸਹੀ ਹੈ ਕਿਉਂਕਿ ਰਾਜ ਸਭਾ ਜਿਹੜਾ ਹੈ ਇਹ ਇੱਕ ਸਥਾਈ ਸਦਨ ਹੈਗਾ ਇਸ ਨੂੰ ਕੋਈ ਵੀ ਪੰਗ ਨਹੀਂ ਕਰ ਸਕਦਾ ਨੈਕਸਟ ਹੈ ਸਿੰਧੂ ਘਾਟੀ ਸਭਿਤਾ ਕਿਹੜੇ ਯੁੱਗ ਦੀ ਸੀ ਚਾਰ অপਸ਼ਨ ਨੇ ਲੋਹਾ ਯੁੱਗ ਕਾਂਸਾ ਯੁੱਗ ਨਵਾਂ ਪੱਥਰ ਯੁੱਗ ਜਾਂ ਪੁਰਾਣਾ ਪੱਥਰ ਯੁੱਗ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਬੀ ਦੀ ਚੋਣ ਕੀਤੀ ਹੈ ਭਾਵ ਕਾਂਸਾ ਯੁੱਗ ਉਹਨਾਂ ਦਾ ਅਨਸਰ ਸਹੀ ਹੈ ਗਏ ਨੈਕਸਟ ਹੈ 베ਰੀ 베리 ਰੋਗ ਕਿਸ ਦੀ ਘਾਟ ਨਾਲ ਹੁੰਦਾ ਹੈ ਚਾਰ অপਸ਼ਨ ਨੇ ਵਿਟਾਮਿਨ ਬੀ ਵਿਟਾਮਿਨ ਸੀ ਵਿਟਾਮਿਨ ਡੀ ਜਾਂ ਵਿਟਾਮਿਨ ਏ ਜਿੰਨਾ ਵਿਦਿਆਰਥੀਆਂ ਨੇ ਵਿਟਾਮਿਨ ਅਓਸੋ 20 ਦੀ ਚੋਣ ਕੀਤੀ ਹੈ ਭਾਵ অপশন এ ਦੀ ਉਹਨਾਂ ਦਾ ਅਨਸਰ ਬਿਲਕੁਲ ਸਹੀ ਹੈ। ਨੈਕਸਟ ਹੈ ਚੰਦਨ ਦੀ ਲੱਕੜ ਮਿਲਦੀ ਹੈ। অপশন ਹੈ ਜੰਮੂ ਕਸ਼ਮੀਰ ਤੋਂ ਪੱਛਮੀ ਬੰਗਾਲ, ਕੇਰਲ ਜਾਂ ਕਰਨਾਟਕ। ਜਿਨ੍ਹਾਂ ਵਿਦਿਆਰਥੀਆਂ ਨੇ অপশন ਨੰਬਰ D ਦੀ ਚੋਣ ਕੀਤੀ ਹੈ ਭਾਵ ਕਰਨਾਟਕ ਉਹਨਾਂ ਦਾ ਅਨਸਰ ਬਿਲਕੁਲ ਸਹੀ ਹੈ। ਨੈਕਸਟ ਪ੍ਰਿਥਵੀ ਦੇ ਜੁੜਵਾ ਪੈਣ ਕਿਹੜੇ ਗ੍ਰਹਿ ਨੂੰ ਕਿਹਾ ਜਾਂਦਾ ਹੈ ਚਾਰ ਆਪਸ਼ਨ ਨੇ ਬੁੱਧ ਨੂੰ ਸ਼ੁਕਰ ਸ਼ਨੀ ਜਾਂ ਮੰਗਲ ਜਿੰਨਾ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਬੀ ਦੀ ਚੋਣ ਕੀਤੀ ਹੈ ਭਾਵ ਸ਼ੁਕਰ ਉਹਨਾਂ ਦਾ ਅਨਸਰ ਸਹੀ ਹੈ ਕਿਉਂਕਿ ਸ਼ੁਕਰ ਗ੍ਰਹਿ ਜਿਹੜਾ ਹੈ ਉਹ ਕਣਤਾ ਵਾ ਤੇ ਆਕਾਰ ਵਿੱਚ ਪ੍ਰਿਥਵੀ ਵਰਗਾ ਹੀ ਹੈਗਾ ਹੈ ਨੈਕਸਟ ਹੈ ਭਾਰਤੀ ਸੰਸਦ ਬਣੀ ਹੁੰਦੀ ਹੈ অপਸ਼ਨ ਹੈ ਲੋਕ ਸਭਾ ਤੇ ਰਾਜ ਸਭਾ অপਸ਼ਨ ਬੀ ਰਾਜ ਸਭਾ ਸੀ ਰਾਸ਼ਟਰਪਤੀ ਡੀ ਇਹ ਤੇ ਸੀ ਦੋਨੋਂ ਜਿਨ੍ਹਾਂ ਵਿਦਿਆਰਥੀਆਂ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਭਾਵ ਇਹ ਤੇ ਸੀ ਦੋਨੋਂ ਉਹਨਾਂ ਦਾ ਆਨਸਰ ਸਹੀ ਹੈ ਕਿਉਂਕਿ ਜਿਹੜੀ ਭਾਰਤ ਦੀ ਜਿਹੜੀ ਸੰਸਦ ਹੈ ਉਹ ਲੋਕ ਸਭਾ ਰਾਜ ਸਭਾ ਤੇ ਰਾਸ਼ਟਰਪਤੀ ਤਿੰਨਾਂ ਤੋਂ ਮਿਲ ਕੇ ਬਣਦੀ ਹੈ ਨੈਕਸਟ ਹੈ ਪ੍ਰਾਇਦੀਪੀ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਚਾਰ ਆਪਸ਼ਨ ਨੇ ਗੋਦਾਵਰੀ ਮਹਾਨਦੀ ਗੰਗਾ ਜਾਂ ਕ੍ਰਿਸ਼ਨਾ ਜਿਨ੍ਹਾਂ ਵਿਦਿਆਰਥੀਆਂ ਨੇ ਆਪਸ਼ਨ ਨੰਬਰ A ਦੀ ਚੋਣ ਕੀਤੀ ਹੈ ਭਾਵ ਗੋਦਾਵਰੀ ਉਹਨਾਂ ਦਾ ਅਨਸਰ बिल्कुल सही है नैक्सट है महात्मा गांधी ने चोरी चोरा कांड करके केड़ा अंदोलन समाप्त कर दिता चार ऑप्शन ने चंपारण अंदोलन सिविल नाफरमानी अंदोलन भार छो अंदोलन जहयोग अंदोलन जिन्हों विद्यार्थियों ने ऑप्शन नंबर डी की चोट की है यह सहयोग अंदोलन आंसर सही है ਨੈਕਸਟ ਹੈ ਗੁਜਰਾਤ ਸਥਿਤ ਪ੍ਰਸਿੱਧ ਸੋਮਨਾਥ ਮੰਦਿਰ ਕਿਹੜੇ ਦੇਵਤਾ ਨਾਲ ਸੰਬੰਧਿਤ ਹੈ অপਸ਼ਨ ਨੇ ਸੂਰਜ ਦੇਵਤਾ ਭਗਵਾਨ ਸ਼ਿਵ ਭਗਵਾਨ ਕ੍ਰਿਸ਼ਨ ਜਾਂ ਸ਼੍ਰੀ ਰਾਮ ਜਿਨ੍ਹਾਂ ਵਿਦਿਆਰਥੀਆਂ ਨੇ অপਸ਼ਨ ਨੰਬਰ ਬੀ ਦੀ ਚੋਣ ਕੀਤੀ ਹੈ ਭਗਵਾਨ ਸ਼ਿਵ ਉਹਨਾਂ ਦਾ ਅਨਸਰ ਬਿਲਕੁਲ ਸਹੀ ਹੈ ਗਏ ਨੈਕਸਟ प्राई दिपी भारत की सब तो उची चोटी है ऑप्शन ने के टू नीलगिरी बेटा, दोबेटा जनाईमुदी जिन्हों विद्यार्थियों ने ऑप्शन नंबर डी की चोट की है अनाइमुदी उन्होंने आंसर बिल्कुल सही है नैक्सट है वैद्यिक सभ्यता सी ऑप्शन ने नगरी खाना बदोश अखेटक ਜਾਂ ਗ੍ਰਾਮੀਣ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਭਾਵ ਗ੍ਰਾਮੀਣ ਉਹਨਾਂ ਦਾ ਅਨਸਰ ਸਹੀ ਹੈ ਨੈਕਸਟ ਕੋਲੇ ਤੋਂ ਪ੍ਰਾਪਤ ਬਿਜਲੀ ਨੂੰ ਕਿਹਾ ਜਾਂਦਾ ਹੈ ਚਾਰ অপਸ਼ਨ ਨੇ ਪਵਨ ਊਰਜਾ ਸੂਰਜੀ ਊਰਜਾ ਤਾਪੀ ਊਰਜਾ ਜਾਂ ਪਰਮਾਣੂ ਊਰਜਾ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਸੀ ਦੀ ਚੋਣ ਕੀਤੀ ਹੈ ਉਹਨਾਂ ਦਾ ਆਨਸਰ ਸਹੀ ਹੈ ਭਾਅ ਤਾਪੀ ਉर्जा ਨੈਕਸਟ ਮਹਾਤਮਾ ਬੁੱਧ ਨੇ ਕਿਹੜੀ ਨਦੀ ਦੇ ਤੱਟ ਤੇ ਗਿਆਨ ਦੀ ਪ੍ਰਾਪਤੀ ਹੋਈ ਭਾਅ ਮਹਾਤਮਾ ਬੁੱਧ ਨੂੰ ਕਿਹੜੀ ਨਦੀ ਦੇ ਤੱਟ ਤੇ ਗਿਆਨ ਦੀ ਪ੍ਰਾਪਤੀ ਹੋਈ ਚਾਰ অপਸ਼ਨ ਨੇ ਨਿਰੰਜਨਾ ਗੰਗਾ ਨਰਾਇਣੀ ਜਾਂ ਕੋਸੀ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ A ਦੀ ਚੋਣ ਕੀਤੀ ਹੈ ਨਿਰੰਜਨਾ ਉਹਨਾਂ ਦਾ ਅਨਸਰ ਸਹੀ ਹੈ ਕਿਉਂਕਿ ਮਹਾਤਮਾ ਬੁੱਧ ਨੂੰ ਜਿਹੜੀ ਨਿਰੰਜਨਾ ਨਦੀ ਦੇ ਤੱਟ ਤੇ ਪੀਪਲ ਦੇ ਪੇੜ ਦੇ ਥੱਲੇ ਗਿਆਨ ਦੀ ਪ੍ਰਾਪਤੀ ਹੋਈ ਨੈਕਸਟ ਹੈ ਉਜੋਨ ਦਿਵਸ ਮਨਾਇਆ ਜਾਂਦਾ ਹੈ অপਸ਼ਨ A 10 ਦਸੰਬਰ ਨੂੰ 16 ਅਕਤੂਬਰ ਨੂੰ 4 ਅਪ੍ਰੈਲ ਨੂੰ ਜਾਂ 15 ਜਨਵਰੀ ਨੂੰ ਜਿਨ੍ਹਾਂ ਵਿਦਿਆਰਥੀਆਂ ਨੇ অপਸ਼ਨ ਨੰਬਰ B ਦੀ ਚੋਣ ਕੀਤੀ ਹੈ 7.16 ਅਕਤੂਬਰ ਉਹਨਾਂ ਦਾ ਆਨਸਰ ਸਹੀ ਹੈ। ਨੈਕਸਟ ਬਹਾਦਰ ਸ਼ਾ ਤੋਂ ਚਿਤੂੜ ਨੂੰ ਬਚਾਉਣ ਲਈ ਰਾਜਪੂਤ ਰਾਣੀ ਕਰਣਵਤੀ ਨੇ ਕਿਸ ਨੂੰ ਰਖੜੀ ਭੇਜੀ ਸੀ? অপਸ਼ਨ A ਅਕਬਰ, ਬਾਬਰ, ਬਲਬਨ ਜਾਂ ਹਮੈਯੂੰ? ਜਿਨ੍ਹਾਂ ਵਿਦਿਆਰਥੀਆਂ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਹੁਮਾਈਉ ਉਹਨਾਂ ਦਾ ਅਨਸਰ ਸਹੀ ਹੈ। ਨੈਕਸਟ ਹੈ 42ਵੀਂ ਸੋਧ ਰਹੀ ਪ੍ਰਸਤਾਵਨਾ ਵਿੱਚ ਕਿਹੜੇ ਸ਼ਬਦ ਨੂੰ ਨਹੀਂ ਜੋੜਿਆ ਗਿਆ? অপਸ਼ਨ ਹੈ ਗੁੱਟਨਿਰਪਕਤਾ, ਸਮਾਜਵਾਦੀ, ਤਰਮਨਿਰਪਖ ਅਤੇ ਏਕਤਾ ਤੇ ਅਖੰਡਤਾ। ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ A ਦੀ ਚੋਣ ਕੀਤੀ ਹੈ ਗੁੱਟ ਨਿਰਪੱਖਤਾ ਉਹਨਾਂ ਦਾ ਸਹੀ ਹੈ ਕਿਉਂਕਿ ਧਰਮ ਨਿਰਪੱਖ ਸਮਾਜਵਾਦੀ ਇਕਤਾ ਤੇ ਅਖੰਡਤਾ ਇਹ ਸ਼ਬਦ ਜਿਹੜੇ ਨੇ ਇਹ 92ਵੀਂ ਸੋਧ ਵਿੱਚ ਪ੍ਰਸਤਾਵਨਾ ਵਿੱਚ ਜੋੜੇ ਗਏ ਸੀਗੇ ਨੈਕਸਟ ਹੈ ਮਨੁੱਖ ਲੋਹ ਤਤ ਪ੍ਰਾਪਤ ਕਰਦਾ ਹੈ ਦੁੱਧ ਤੋਂ ਪਨੀਰ ਤੋਂ ਮੱਛੀ ਤੋਂ ਜਾਂ ਪਾਲਕ ਤੋਂ ਜਿਨ੍ਹਾਂ ਵਿਦਿਆਰਥੀਆਂ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਪਾਲਕ ਤੋਂ ਉਹਨਾਂ ਦਾ ਆਨਸਰ கரੈਕਟ ਹੈ ਨੈਕਸਟ ਹੈ 14 ਸਾਲ ਦੇ ਬੱਚੇ ਦੇ ਲਈ ਸਭ ਤੋਂ ਉਪਯੋਗੀ ਹੈ অপਸ਼ਨ A ਪ੍ਰੋਟੀਨ ਵਸਾ ਵਿਟਾਮਿਨ ਜਾਂ ਦੁੱਧ ਜਿਨ੍ਹਾਂ ਵਿਦਿਆਰਥੀਆਂ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਭਾਵ ਦੁੱਧ ਉਹਨਾਂ ਦਾ অপਸ਼ਨ ਸਹੀ ਹੈ ਨੈਕਸਟ ਹੈ ਮੁਹੰਮਦ ਬਿਨ ਤੁਗਲਕ ਨੇ ਦਿੱਲੀ ਤੋਂ ਦੇਵਗਰੀ ਨੂੰ ਭਾਰਤ ਦੀ ਰਾਜਧਾਨੀ ਬਣਾਉਣ ਤੇ ਇਸ ਦਾ ਨਾਂ ਰੱਖਿਆ ਚਾਰ ਆਪਸ਼ਨ ਨੇ ਦੌਲਤਾਬਾਦ ਪ੍ਰਯਾਗ ਲਖਨੋਤੀ ਕੰਪਿਲ ਜਿਨ੍ਹਾਂ ਵਿਦਿਆਰਥੀਆਂ ਨੇ ਆਪਸ਼ਨ ਨੰਬਰ ਏ ਦੀ ਚੋਣ ਕੀਤੀ ਹੈ ਦੌਲਤਾਬਾਦ ਉਹਨਾਂ ਦਾ ਅਨਸਰ ਸਹੀ ਹੈ ਅੰਤ ਵਿੱਚ ਆਪਣਾ ਸਕੋਰ ਤੁਸੀਂ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲਿਓ ਜੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ